ਯਕਨਾ ਬਦੋ ਯਕਨਸਤੈਨ, ਜੇਲ੍ਹ ਵਿੱਚ ਬੈਠੇ ਵੀ ਖਾਨ ਸਾਹਿਬ ਤੁਹਾਡਾ ਹੀ ਸੋਚਦੇ ਰਹਿੰਦੇ ਨੇ। ਪਾਕਿਸਤਾਨੀਓ, ਪੰਜਾਬੀਓ, ਤੁਸੀਂ ਆਪਣੇ ਬਾਰੇ ਸੋਚਦੇ ਹੋ ਕਿ ਨਹੀਂ? ਢੇਰ ਸਾਰੇ ਜ਼ੁਲਮ ਦੇਖੇ ਨੇ ਤੁਸੀਂ ਦੋਵਾਂ ਸਾਲਾਂ ਵਿੱਚ, ਉਸਦੇ ਬਾਰੇ 'ਚ ਕੀ ਕਰ ਸੋ? ਖਾਨ ਸਾਹਿਬ ਨੇ ਤੁਹਾਨੂੰ ਗਾਈਡੈਂਸ ਦਿੱਤੀ ਹੈ, ਐਤਵਾਰ ਨੂੰ 24 ਤਾਰੀਖ ਫਾਈਨਲ ਕੋਲ ਹੈ, ਬਾਹਰ ਨਿਕਲੋ, ਆਪਣੀਆਂ ਤਿਆਰੀਆਂ ਹੁਣੇ ਹੀ ਕਰੋ, ਖਾਸ ਕਰ ਨੌਜਵਾਨੋ, ਇਹ ਤੁਸਾਂ ਦੇ ਕੰਮ ਹਨ, ਆਪਣਾ ਕੰਮ ਕਿਸੇ ਹੋਰ ਤਾਂ ਨਹੀਂ ਛੋੜੀਦਾ, ਠੀਕ ਹੈ? ਮੈਂ ਕੱਲ੍ਹ ਦੇਖਿਆ ਸੋਸ਼ਲ ਮੀਡੀਆ ਸਾਡੇ ਰੈਪ੍ਰਜੈਂਟੇਟਿਵ ਪੈਂਫਲੇਟ ਦੇਣ ਲੱਗੇ ਨੇ, ਫੇਰਨ ਲੱਗੇ ਨੇ, ਆਪਣੇ ਰੈਪ੍ਰਜੈਂਟੇਟਿਵ ਨੂੰ ਕੋਂਟੈਕਟ ਕਰੋ। ਫੋਰ ਇਗਜ਼ਾਮਪਲ, ਮੈਂ ਕੱਲ੍ਹ ਆਰੀਆ ਹਮਜ਼ਾ ਨੂੰ ਦੇਖਿਆ ਸੀ ਇਨ 1NA118। ਤੁਸੀਂ ਆਪਣਿਆਂ ਨੂੰ ਲੋੜੋ ਤਾਂ ਪਲਾਨ ਕੋਈ ਬਣਾਓ, ਪ੍ਰੈਪਰੇਸ਼ਨ ਕੋਈ ਕਰੋ ਤਾਂ ਤਿਆਰੀ ਕਰੋ, ਫਾਈਨਲ ਕੋਲ ਤਾਂ ਤੁਸੀਂ ਜਾਣਾ ਹੈ। ਇਹ ਤੁਹਾਡੇ ਮੁਸਤਕਬਿਲ ਦੇ ਬਾਰੇ 'ਚ ਹੈ, ਇਹ ਤੁਹਾਡੇ ਫਿਊਚਰ ਦੇ ਬਾਰੇ 'ਚ ਹੈ, ਇਹ ਸਭ ਕੁਝ, ਠੀਕ ਹੈ? ਤੁਸੀਂ ਇਹ ਕਰਨਾ, ਕੋਈ ਹੋਰ ਨਹੀਂ ਕਰ ਸਕਦਾ। ਬੈਸਟ ਆਫ ਲੱਕ।